ਪੰਜਾਬ ਮੇਲ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੇਜਪਾਲ ਸਿੰਘ ਮਨਿਹਾਸ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਜੰਕਸ਼ਨ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਕੋਲ ਪਹੁੰਚ ਗਏ ਆ, ਉਹਨਾਂ ਨੂੰ ਜੀ ਆਇਆਂ ਕਹੀਏ। ਸੱਤੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੱਤੀ ਸਾਹਿਬ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਹੁਣੀ, ਅੱਜ ਉਹ ਪਿਛਲੇ ਦਿਨਾਂ 'ਚ ਘਟਨਾ ਕ੍ਰਮ ਹੋਇਆ ਜੋ ਸਾਰਾ ਕੁਝ ਵਾਪਰਿਆ, ਉਹਦੇ ਲਈ ਉਹਨੇ ਕੁਝ ਲਾਈਨਾਂ ਲਿਖੀਆਂ। ਕਹਿੰਦੇ, ਪਲਕਾਂ 'ਤੇ ਇੱਕ ਬੂੰਦ ਹੀ ਆਈ, ਦਿਲ ਵਿੱਚ ਭਾਵੇਂ ਸਮੁੰਦਰ ਸੀ, ਦੇਖਣ ਨੂੰ ਇੱਕ ਕਤਰਾ ਪਾਣੀ, ਕੀ ਕੁਝ ਉਸਦੇ ਅੰਦਰ ਸੀ। ਜੀ ਜੀ ਜੀ। ਇੱਕ ਟਾਈਮ 'ਤੇ ਇੱਦਾਂ ਲੱਗਾ ਵੀ ਇਹ ਹੁਣ ਸਭ ਕੁਛ ਖਤਮ ਹੋ ਗਿਆ, ਇਹ ਅੰਦੋਲਨ ਚੱਕਿਆ ਗਿਆ, ਲੋਕ ਇੱਥੋਂ ਚਲੇ ਜਾਣਗੇ, ਅਤੇ ਉਹ ਜਿਹੜੇ ਦੋ ਕਤਰੇ ਵਹੇ ਉਹਨਾਂ ਨੇ ਦਿਲ ਦੇ ਵਿੱਚ ਤਾਂ ਜਿਹੜਾ ਸਮੁੰਦਰ ਸੀਗਾ ਹੀ, ਅਤੇ ਜਿਹੜਾ ਹੜ੍ਹ ਮੁੜ ਕੇ ਸੜਕਾਂ 'ਤੇ ਲਿਆਂਦਾ, ਜਿਹੜਾ ਪੂਰੇ ਦੇ ਪੂਰੀਆਂ ਆਪਣੇ ਸਟੇਟਸ ਉੱਠ ਕੇ ਖੜੀਆਂ ਹੋ ਗਈਆਂ ਲੋਕਾਂ ਦੀਆਂ, ਉਹਦੇ ਬਾਰੇ ਕੀ ਸੋਚਦੇ ਹੋ? ਇਸੇ ਸਿਲਸਿਲੇ 'ਚ ਨਾ, ਜਿਵੇਂ ਪਾਤਰ ਸਾਹਿਬ ਨੇ ਉਹਨਾਂ ਦੇ ਹੰਝੂਆਂ ਦੀ ਗੱਲ ਕੀਤੀ ਆ, ਉਹਨਾਂ ਦੀ ਸਾਫ਼ ਸਾਫ਼ ਮੁਰਾਦ ਜਿਹੜੀ ਆ ਉਹ ਨਰੇਸ਼ ਟਕੈਤ ਹੋਰਾਂ ਤੋਂ ਸੀ, ਠੀਕ ਹੈ, ਮਹਿੰਦਰ ਸਿੰਘ ਟਕੈਤ ਹੋਰਾਂ ਦੇ ਬੇਟੇ ਤੋਂ, ਰਕੇਸ਼ ਟਕੈਤ। ਔਰ ਹੈ ਕਿ ਭਈ ਇਸੇ ਤਰ੍ਹਾਂ ਹੀ ਨਾ ਮਿਲਦੀ ਜੁਲਦੀ ਇੱਕ ਪੋਸਟ ਪਿਛਲੇ ਦਿਨੀ ਸਾਡੇ ਸਿਰਮੌਰ ਕਹਾਣੀਕਾਰ ਪ੍ਰੋਫੈਸਰ ਵਰਿਆਮ ਸੰਧੂ ਹੁਰੀ ਵੀ ਪਾਈ ਹੈ, ਵੀ ਪਾਈ ਸੀ। ਬਿਲਕੁਲ, ਉਹਨਾਂ ਨੇ ਇਹ ਲਿਖਿਆ ਵੀ ਜਿਹੜੇ ਟਕੈਤ ਸਾਹਿਬ ਦੇ ਹੰਝੂ ਆ ਨਾ, ਉਹਨਾਂ ਨੇ ਸਾਡੀਆਂ ਉਦਾਸੀਆਂ ਵਿੱਚੇ ਘੋਲ ਦਿੱਤੀਆਂ। ਬਿਲਕੁਲ। ਅਤੇ ਤੁਸੀਂ ਜਿਹੜੀ ਗੱਲ ਵਿੱਚੋਂ ਇਹ ਸੀਗੀ ਵੀ ਜਦੋਂ ਇਹ ਗਾਜ਼ੀਪੁਰ ਬਾਰਡਰ ਦੀ ਗੱਲ ਹੈਗੀ ਹੈ, ਜੀ, ਉਹਨਾਂ ਨੇ ਰੋਂਦਿਆਂ ਰੋਂਦਿਆਂ ਇਹ ਕਿਹਾ ਵੀ ਹੁਣ ਇਹ ਪੁਲਿਸ ਸਾਨੂੰ ਮਾਰੂਗੀ। ਬਿਲਕੁਲ। ਦਰਅਸਲ ਉਹ ਭਾਜਪਾ ਦੇ ਗੁੰਡੇ ਸੀਗੇ ਜੀ, ਔਰ ਪੁਲਿਸ ਉਹਨਾਂ ਦੇ ਨਾਲ ਸੀ, ਔਰ ਉਹ ਕੌਣ ਲੋਕ ਸੀਗੇ, 400-500 ਜਿਹੜੇ ਪਰਿਵਾਰ ਸੀਗੇ, ਬੱਚਿਆਂ ਔਰਤਾਂ ਸਮੇਤ, ਉਹ ਬਹੁਤੇ ਸਰਦਾਰ ਸੀਗੇ। ਬਿਲਕੁਲ। ਜਿਹੜੇ ਉੱਤਰਾਖੰਡ ਜਾਂ ਪੱਛਮੀ ਯੂਪੀ ਦੇ ਲੋਕ ਸੀਗੇ, ਔਰ ਉਹਨਾਂ ਨੇ ਦੇਖਿਆ ਵੀ ਹੁਣ ਇਹ ਸ਼ਾਹੀਨ ਬਾਗ ਵਾਲਾ ਦ੍ਰਿਸ਼ ਜਿਹੜਾ ਉਹ ਦੁਹਰਾਉਣਗੇ, ਭਈ ਧੱਕਾ ਕਰੋ, ਪੁਲਿਸ ਅਤੇ ਗੁੰਡਿਆਂ ਦੀ ਸਹਾਇਤਾ ਨਾਲ ਖਦੇੜ ਦਿਓ। ਬਿਲਕੁਲ। ਔਰ ਉਹ ਜਿਹੜੇ ਉਹਨਾਂ ਨੇ ਅਥਰੂ ਕੇਰੇ ਜਿਹੜੇ ਵਾਇਰਲ ਹੁੰਦੀ ਆ ਵੀਡੀਓ ਪੂਰੀ ਦੁਨੀਆ ਦੇ ਵਿੱਚ, ਉਸ ਪਿੱਛੋਂ ਲੋਕ ਉੱਠ ਖੜ੍ਹਦੇ ਨੇ। ਫਿਰ ਉਹਨਾਂ ਨੇ ਕਿਹਾ ਵੀ ਮੈਂ ਅੰਨ ਪਾਣੀ ਨੂੰ ਮੂੰਹ ਨਹੀਂ ਲਾਉਣਾ, ਮੈਨੂੰ ਪਿੰਡ ਦਾ ਹੀ ਪਾਣੀ ਬਿਲਕੁਲ ਲੈ ਕੇ ਆਵੇ, ਔਰ ਉਹਨਾਂ ਦਾ ਭਰਾ ਜਿਹੜਾ ਉਹ ਲੋਕਾਂ ਨੂੰ ਸੱਦਾ ਦਿੰਦਾ, ਨਰੇਸ਼ ਟਕੈਤ ਜੀ, ਨਰੇਸ਼ ਟਕੈਤ ਜੀ ਹੋਰੀ, ਔਰ ਇੱਕ ਤਰ੍ਹਾਂ ਨਾਲ ਜਿਹੜੀ ਅੰਦੋਲਨ ਲੋਕ ਕਹਿੰਦੇ ਸੀ ਵੀ ਬਸ ਹੁਣ ਇਹ ਖਤਮ ਹੋ ਗਿਆ ਅਤੇ ਲੋਕ ਘਰਾਂ ਨੂੰ ਮੁੜ ਪਾਇਆ, ਉਹਦੇ ਵਿੱਚ ਇੱਕ ਨਵੀਂ ਜਾਨ ਫੂਕ ਕੇ ਰੱਖ ਦਿੱਤੀ। ਅਤੇ ਉਸ ਪਿੱਛੋਂ ਜਿਹੜਾ ਲੋਕਾਂ ਨੇ ਵਹੀਰਾਂ ਘੱਤੀਆਂ ਅਤੇ ਜਿੱਦਾਂ ਸਰਕਾਰ 'ਤੇ ਦਬਾਅ ਬਣਿਆ, ਉਹ ਤੁਹਾਡੇ ਸਾਡੇ ਸਾਹਮਣੇ ਆ ਜੀ। ਅੱਛਾ, ਹੁਣ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿਹੜੇ ਉੱਥੇ ਦੇ ਲੋਕਲ BJP ਦੇ ਕੁਛ ਗੁੰਡੇ ਇਕੱਠੇ ਹੋ ਕੇ ਜਾਂ RSS ਦੇ ਜਿਹੜੇ, ਔਰ ਇੱਕ BJP ਦਾ ਜਿਹੜਾ MLA ਨੰਦ ਕਿਸ਼ੋਰ, ਨੰਦ ਕਿਸ਼ੋਰ ਗੁਰਜਰ, ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦਾ ਗੁਰਜਰ, ਔਰ ਗੁਰਜਰ ਬਰਾਦਰੀ ਦੇ ਹੋਰ ਲੋਕ ਉੱਠ ਕੇ ਖੜੇ ਹੋ ਗਏ, ਕਹਿੰਦੇ ਅਸੀਂ ਵੀ ਗੁਰਜਰ ਹਾਂ ਪਰ ਅਸੀਂ ਤੇਰੇ ਵਰਗੇ ਗੁਰਜਰ ਨਹੀਂ ਜੀ। ਕੱਲ ਇੱਕ ਨਾ ਬਹੁਤ ਵੱਡੀ ਇਹਨਾਂ ਦੀ ਗੁਰਜਰ ਸਮਾਜ ਦੀ ਮੀਟਿੰਗ ਹੋਈ ਆ ਜੀ, ਉਹਦੇ ਵਿੱਚ ਉਹਨੀ ਸਾਫ਼ ਹੀ ਕਿਹਾ ਆ ਵੀ ਭਾਈ ਆਪਣੇ ਆਪਣੇ ਨਿਆਣੇ ਸਾਂਭ ਕੇ ਰੱਖੋ, ਜੇ ਕਿਸੇ ਨੇ ਕਿਸਾਨਾਂ 'ਤੇ ਇੱਕ ਪੱਥਰ ਵੀ ਚਲਾ ਦਿੱਤਾ ਜੀ, ਉਹਦਾ ਅਸੀਂ ਪੂਰੇ ਸਮਾਜ ਦੇ ਵਿੱਚੋਂ ਅਸੀਂ ਉਹਨੂੰ ਬਾਹਰ ਕੱਢ ਕੇ ਸਿੱਟਦੇ ਹਾਂ ਜੀ। ਔਰ ਉਹ ਗੁਰਜਰ ਪ੍ਰਧਾਨ ਮੰਤਰੀ ਨੂੰ ਕਹਿੰਦਾ ਵੀ ਸਾਨੂੰ ਜਰਾ ਛੁੱਟੀ ਦੇਵੋ ਕਿ ਭਾਜਪਾ ਸਰਕਾਰ ਦੇ ਵਿੱਚ ਕੰਮ ਇੱਦਾਂ ਚੱਲਦੇ ਆ, ਬਿਲਕੁਲ, ਮਤਲਬ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ, ਭਈ ਉਹ ਇੱਕ MLA ਪ੍ਰਧਾਨ ਮੰਤਰੀ ਨੂੰ ਚਿੱਠੀ ਪਾਵੇ ਤਾਂ ਫਿਰ ਪ੍ਰਧਾਨ ਮੰਤਰੀ ਤਾਂ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ, ਉਹ ਇਕੱਲੇ ਗੁਰਜਰ ਦਾ ਪ੍ਰਧਾਨ ਮੰਤਰੀ ਥੋੜ੍ਹੋ ਆ। ਬਿਲਕੁਲ। ਸੋ ਭਾਜਪਾ ਦੇ ਗੁੰਡੇ ਕੀ ਕਰਦੇ ਨੇ, ਔਰ ਦੂਜੇ ਬੰਨੇ ਤੁਸੀਂ ਦੇਖੋ ਸਿੰਘੂ ਬਾਰਡਰ ਦੇ ਉੱਤੇ ਪੁਲਿਸ ਭਾਜਪਾ ਦੇ ਗੁੰਡਿਆਂ ਦੇ ਨਾਲ ਖੜੀ ਆ। ਬਿਲਕੁਲ। ਔਰ ਰੌਲਾ ਜਿਹੜੇ ਚੈਨਲਾਂ ਵਾਲੇ ਪਾ ਰਹੇ ਆ ਉਹਦੇ ਬਾਵਜੂਦ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਬਿਲਕੁਲ। ਪਹਿਲੀ ਗੱਲ ਤਾਂ ਪੁਲਿਸ 'ਤੇ ਐਕਸ਼ਨ ਲਵੋ ਜਿਹੜੀ ਉਹਨਾਂ ਨੂੰ ਲਾਂਘਾ ਦੇ ਰਹੀ ਆ। ਬਿਲਕੁਲ। ਔਰ ਅਗਲੀ ਗੱਲ ਇਹ ਵੀ ਪੂਨੀਆ ਵਰਗੇ ਜਿਹੜੇ ਪੱਤਰਕਾਰ ਨੇ, ਮਨਦੀਪ ਪੂਨੀਆ ਵਰਗੇ, ਜਿਹੜੇ ਭਾਜਪਾ 'ਤੇ ਸਵਾਲ ਚੁੱਕਦੇ ਆ ਵੀ ਆਹ ਦੇਖੋ ਤੁਸੀਂ ਪੁਲਿਸ ਜਿਹੜੀ ਆ ਉਹ ਗੁੰਡਿਆਂ ਦੇ ਨਾਲ ਆ ਔਰ ਕੋਈ ਕਾਰਵਾਈ ਨਹੀਂ ਕਰ ਰਹੀ, ਉਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਜਾਂਦਾ ਹੈਗਾ, ਠੀਕ ਹੈ, ਕਿਉਂਕਿ ਉਹ ਸੱਚ ਬੋਲਦੇ ਨੇ। ਉਹ ਕਹਿੰਦੇ ਤੁਸੀਂ ਜਿਹੜੀਆਂ ਫੋਟੋਆਂ ਆ ਛਾਇਆ ਕਰਦੇ ਉਹ ਵੀ ਫੋਟੋਸ਼ਾਪ ਦੇ ਵਿੱਚ ਐਡਿਟ ਕਰਕੇ ਉਹ ਜਿਹੜੀਆਂ ਲੋਕਾਂ ਤੱਕ ਪਹੁੰਚਾਉਂਦੇ ਹੋ। ਬਿਲਕੁਲ ਜੀ ਜੀ। ਹੁਣ ਤੁਸੀਂ ਇੱਕ ਚੀਜ਼ ਦੇਖੋ, 2000 ਦੀ ਨਫਰੀ ਪੁਲਿਸ ਖੜੀ ਹੈ,
ਉੱਥੋਂ ਕੋਈ ਪਰਿੰਦਾ ਨਹੀਂ ਪਰ ਮਾਰ ਸਕਦਾ, ਕੋਈ ਲੰਘ ਨਹੀਂ ਸਕਦਾ, ਹਥਿਆਰਾਂ ਨਾਲ ਲੈਸ ਖੜੀ ਹੈ। ਜੀ ਅਤੇ 150 ਬੰਦਾ BJP RSS ਦਾ ਜਿਹੜਾ ਇਹ ਕਹਿ ਕੇ ਆਇਆ ਵੀ ਅਸੀਂ ਲੋਕਲ ਹਾਂ। ਜੀ ਹਾਲਾਂਕਿ ਉਹ ਹੁਣ ਤਾਂ ਸਾਰੀ ਗੱਲ ਕਲੀਅਰ ਹੋ ਗਈ ਵੀ ਉਹਨਾਂ ਦੇ ਵਿੱਚ ਕੋਈ ਲੋਕਲ ਨਹੀਂ ਸੀ। ਅਤੇ ਉਹ ਜਿਹੜਾ 150 ਬੰਦਾ ਆ ਉਹ 2000 ਪੁਲਿਸ ਵਾਲੇ ਦੇ ਵਿੱਚ ਦੀ ਅੱਗੇ ਲੰਘਿਆ ਆਉਂਦਾ, ਹੋਰ ਕਿਸੇ ਨੇ ਲੰਘਣ ਦਿੱਤਾ? ਈਵਨ ਆਮ ਆਦਮੀ ਪਾਰਟੀ ਜਿਹੜੀ ਇਸ ਵੇਲੇ ਸੱਤਾਧਾਰੀ ਪਾਰਟੀ ਹੈਗੀ ਆ ਦਿੱਲੀ ਦੀ, ਜੀ ਜੀ, ਉਹਨੇ ਪਾਣੀ ਭੇਜਣ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਲੰਘਣ ਦਿੱਤਾ। ਅਤੇ ਉਹ 150 ਬੰਦਾ ਉਹ ਕਿੱਦਾਂ ਲੰਘਿਆ? ਅਤੇ ਉਹ ਤੋਂ ਪਹਿਲਾਂ ਇੱਕ ਦਿਨ ਸ਼ਾਮ ਨੂੰ ਪੱਥਰਾਂ ਦੇ 2 ਟਰੱਕ ਸਟਾਏ ਗਏ ਆ ਜਿਹੜੇ ਪੱਥਰ ਉਹਨੇ ਚਲਾਏ ਆ। ਸੋ ਦੇਖੋ ਕਿੰਨੇ ਲੂਫ ਹੋਲ ਆ ਉਹਨਾਂ ਦੇ ਐਕਸ਼ਨਾਂ ਦੇ ਵਿੱਚ। ਪਹਿਲੀ ਗੱਲ ਤਾਂ ਲੋਕਲ ਜਿਹੜੇ ਆ ਆਲੇ ਦੁਆਲੇ ਦੇ ਸਿੰਘੂ ਬਾਰਡਰ ਦੇ, ਉਹ ਕਹਿੰਦੇ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਇਹਨਾਂ ਤੋਂ, ਬਿਲਕੁਲ, ਅਸੀਂ ਤਾਂ ਇੱਕਮਿੱਕ ਹੋ ਕੇ ਇਹਨਾਂ ਦੇ ਨਾਲ ਰਹਿ ਰਹੇ ਹਾਂ 2 ਮਹੀਨਿਆਂ ਤੋਂ। ਸੋ ਨਾ ਇਹ ਜਿਹੜੇ ਬਾਹਰੋਂ ਜਿਹੜੇ ਉਹ ਕਹਿੰਦੇ ਆ ਵੀ ਆਹ ਲੋਕਲ ਲੋਕ ਆ, ਵੀ ਸਾਡੇ ਤਾਂ ਇਲਾਕੇ ਦੇ ਇਹ ਲੋਕ ਹੈ ਨਹੀਂ ਗੇ, ਇਹ ਲੋਕਲਸ ਦਾ ਕਹਿਣਾ ਸਿੰਘੂ ਬਾਰਡਰ ਦੇ ਆਲੇ ਦੁਆਲੇ ਦੇ ਲੋਕਾਂ ਦਾ। ਬਿਲਕੁਲ, ਕਿੰਨੀਆਂ ਕਮੀਆਂ ਪੇਸ਼ੀਆਂ? ਪਹਿਲੀ ਗੱਲ ਤਾਂ ਇਹ ਆ ਵੀ ਉਹ ਗੁੰਡੇ ਉੱਥੇ ਬਾਰਡਰ ਤੱਕ ਕਿਵੇਂ ਆਉਂਦੇ ਨੇ, ਫਿਰ ਪੁਲਿਸ ਖੜ੍ਹੀ ਹੋ ਕੇ ਤਮਾਸ਼ਾ ਦੇਖਦੀ ਆ, ਫਿਰ ਤੁਸੀਂ ਸ਼ਾਇਦ ਦੇਖਿਆ ਹੋਣਾ ਵੀਡੀਓਜ਼ ਵਿੱਚ ਵੀ ਉਹਨਾਂ 'ਚੋਂ 5-7 ਫੜ ਕੇ ਫੜਕਾਏ ਵੀ ਆ ਕਿਸਾਨਾਂ ਨੇ, ਬਿਲਕੁਲ ਬਿਲਕੁਲ, ਕਢਾਏ ਵੀ ਆ। ਜੀ ਜੀ, ਠੀਕ ਹੈ। ਸੋ ਕਿਉਂਕਿ ਇਹ ਜਿਹੜੀ ਮੰਗਵੀਂ ਧਾੜ ਹੁੰਦੀ ਆ ਨਾ, ਇਹਦੇ ਬਹੁਤੇ ਪੈਰ ਨਹੀਂ ਹੁੰਦੇ ਹੈਗੇ, ਔਰ ਤੁਸੀਂ ਉੱਥੋਂ ਦੌੜਦੇ ਵੀ ਦੇਖੇ ਹੋਣਗੇ ਬਾਅਦ ਦੇ ਵਿੱਚ। ਪਰ ਤੁਸੀਂ ਦੇਖੋ ਵੀ ਸਰਕਾਰ ਕਿੰਨੀ ਬੇਈਮਾਨ ਆ ਭਈ ਤੇਜਪਾਲ ਜੀ, ਸਰਕਾਰ ਤਾਂ ਸਾਰੇ ਦੇਸ਼ ਦੀ ਸਰਕਾਰ ਹੁੰਦੀ ਆ ਨਾ, ਅਤੇ ਉਹਨਾਂ ਨੇ ਐਂ ਸਮਝਿਆ ਵੀ ਕਿਸਾਨ ਵੀ ਜਿੱਦਾਂ ਇਹ ਪਹਿਲੇ ਦਿਨ ਤੋਂ ਹੀ ਇਹਨਾਂ ਦੀ ਇਹ ਮੰਸ਼ਾ ਸੀਗੀ ਵੀ ਸ਼ਹੀਨ ਬਾਗ ਵਾਲਾ ਸੀਨ ਦੁਹਰਾਵਾਂਗੇ, ਬਿਲਕੁਲ, ਅਤੇ ਲੋਕ ਖੰਡਾ ਦਿਆਂਗੇ, ਪਰ ਉਹ ਤਾਂ ਹੁਣ ਤੱਕ ਸ਼ਾਇਦ ਸਰਕਾਰ ਨੂੰ ਪਤਾ ਲੱਗ ਗਿਆ ਹੋ ਗਿਆ ਹੋਣਾ ਵੀ ਇਹ ਦੌੜਨ ਵਾਲੇ ਲੋਕ ਨਹੀਂ, ਠੀਕ ਹੈ, ਇਹ ਕੁਰਬਾਨੀਆਂ ਵਾਲੇ ਲੋਕ ਨੇ। ਸਤੀ ਸਾਹਿਬ, ਇਹਦੇ 'ਚ ਤਾਂ ਇੱਕ ਸਕ੍ਰਿਪਟ ਜਿਹੜੀ ਆ ਉਹ ਹਮੇਸ਼ਾ ਇਹੀ ਰਹੀ ਸੀ, ANRC ਵਾਰੀ ਵੀ, ਸ਼ਹੀਨ ਬਾਗ 'ਚ ਵੀ ਉਹ ਲੋਕਲ ਬੰਦੇ ਹੀ ਸੀਗੇ ਜਿਹੜੇ ਉਹ ਸ਼ਹੀਨ ਬਾਗ ਦੇ ਵਿਰੋਧ 'ਚ ਸੀਗੇ, ਇੱਥੇ ਵੀ ਇਹੀ ਗੱਲ ਕਰਦੇ ਆ ਵੀ ਲੋਕਲ ਬੰਦੇ ਹੀ ਆ ਜੀ, ਅਸੀਂ ਲੋਕਲ, ਅਸੀਂ ਬੜੇ ਤੰਗ ਆ ਗਏ ਜਿਹੜੇ ਬੰਦਾ ਅੰਦੋਲਨ ਕਰੀ ਹੈ। ਇੱਕ ਬੁੱਢਾ ਜਿਹੜਾ ਕਹਿੰਦਾ ਸੀ ਮੈਂ 40 ਪੰਚਾਇਤਾਂ ਦਾ ਮਾਲਕ ਹਾਂ, ਇੱਥੇ 40 ਪੰਚਾਇਤਾਂ ਜਿਹੜੀਆਂ ਮੇਰੇ ਹੁਕਮ ਨੂੰ ਮੰਨਦੀਆਂ ਆ, ਅਤੇ ਉਹ ਕਹਿੰਦਾ ਸੀ ਮੈਂ ਕੱਲ੍ਹ ਨੂੰ 2 ਲੱਖ ਬੰਦਾ ਲਿਆਊਂਗਾ, ਇਹ ਸਾਰੇ ਅੱਤਵਾਦੀ ਬੈਠੇ ਆ, ਇਹਨਾਂ ਨੂੰ ਇੱਥੋਂ ਚੱਕ ਦੂੰਗਾ। ਉਹ ਮੁੜ ਕੇ ਵਿਸ਼ਨੂੰ ਗਾਰਡਨ ਦਾ ਨਿਕਲਿਆ, ਅਤੇ ਵਿਸ਼ਨੂੰ ਗਾਰਡਨ ਦੇ ਵਿੱਚ ਜਦੋਂ ਵਿਸ਼ਨੂੰ ਗਾਰਡਨ ਦੇ ਸਰਦਾਰਾਂ ਨੇ ਉਹਨੂੰ ਘੇਰ ਲਿਆ, ਉਹਦੇ ਘਰੇ ਚਲ ਗਏ, ਅਤੇ ਉਹ ਮਾਫੀਆਂ ਵੀ ਮੰਗਣ ਲੱਗ ਪਿਆ। ਕਾਹਦੀ ਇਹਨਾਂ ਦੀ ਔਕਾਤ ਹੈ, ਕਾਹਦੇ ਇਹਨਾਂ ਦੇ, ਇਹਨਾਂ ਦੀ ਕੋਈ ਔਕਾਤ ਨਹੀਂ। ਦੂਸਰਾ, ਤੇਜਪਾਲ ਜੀ ਸਾਰਾ ਕੁਛ ਸਦਾ ਜਿਹੜੀ ਸਰਕਾਰਾਂ ਦੀ ਸਕ੍ਰਿਪਟ ਹੁੰਦੀ ਨਾ ਲਿਖੀ ਹੋਈ, ਉਹਦੇ ਮੁਤਾਬਕ ਨਹੀਂ ਸ਼ੂਟਿੰਗ ਹੁੰਦੀ ਕਈ, ਬਿਲਕੁਲ ਬਿਲਕੁਲ, ਉਲਟ ਫੇਰ ਵੀ ਹੁੰਦੇ ਨੇ। ਸੋ ਇਹ ਇਸ ਵੇਲੇ ਸਰਕਾਰ ਜਿਹੜੀ ਆ, ਸਟੰਟਮੈਨ ਚੇਂਜ ਹੋ ਜਾਂਦੇ ਆ, ਹਾਂ ਸਟੰਟਮੈਨ ਚੇਂਜ ਹੋ ਜਾਂਦੇ ਆ, ਕਈ ਤਬਦੀਲੀਆਂ ਆਉਂਦੀਆਂ, ਬਿਲਕੁਲ ਬਿਲਕੁਲ, ਠੀਕ ਹੈ। ਅੰਦੋਲਨ 'ਚ ਟਕੈਤ ਸਾਹਿਬ ਦੇ 2 ਹੰਝੂ ਜਾਨ ਪਾ ਦਿੰਦੇ ਨੇ, ਠੀਕ ਆ। ਇਸ ਵੇਲੇ ਤੁਸੀਂ ਦੇਖੋ ਵੀ ਸਿੰਘੂ, ਟਿਕਰੀ, ਕੁੰਡਲੀ, ਗਾਜ਼ੀਪੁਰ ਬਾਰਡਰ ਦੇ ਉੱਤੇ ਕਿਵੇਂ ਲੋਕ ਰੋਜ਼ ਦੀ ਰੋਜ਼ ਜੁੜ ਰਹੇ ਆ, ਔਰ ਰੋਜ਼ ਦੀ ਰੋਜ਼ ਗਿਣਤੀ ਵੱਧ ਰਹੀ ਆ, ਵੱਧ ਰਹੀ ਆ। ਅਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਮਨ ਕੀ ਬਾਤ 2 ਮਹੀਨਿਆਂ ਤੋਂ ਦੇਸ਼ ਦੇ ਅੰਨਦਾਤਾ ਦੀ ਤਾਂ ਤੁਸੀਂ ਸੁਣੀ ਨਹੀਂ, ਠੀਕ ਹੈ। ਔਰ ਫਿਰ ਕਹਿੰਦੇ ਆ ਵੀ ਝੰਡੇ ਦਾ ਅਪਮਾਨ ਜੀ, ਕੌਮੀ ਝੰਡੇ ਦਾ ਕੀ ਅਪਮਾਨ ਹੋਇਆ? ਕੋਈ ਝੰਡਾ ਲਾਇਆ ਜਾਂ ਝੰਡਾ ਪਾੜਿਆ ਗਿਆ ਕਿਤੇ? ਜੇ ਲਾਲ ਕਿਲੇ ਦੀਆਂ ਘਟਨਾਵਾਂ ਵੀ ਦੇਖੀਆਂ ਜਾਣ ਤਾਂ ਉਹ ਜੇ ਭਾਜਪਾ ਦੇ ਇਸ਼ਾਰੇ 'ਤੇ ਉਹ ਲੋਕ ਉੱਥੇ ਜਾ ਕੇ ਝੰਡਾ ਚੜ੍ਹਾਉਂਦੇ ਨੇ, ਇਹ ਗੱਲ ਹੁਣ ਕੋਈ ਲੁਕੀ ਛਿਪੀ ਨਹੀਂ ਰਹਿ ਗਈ, ਬਿਲਕੁਲ, ਚਾਹੇ ਉਹ ਦੀਪ ਸਿੱਧੂ ਆ, ਚਾਹੇ ਉਹ ਲੱਕਾ ਸਧਾਣਾ ਜਾਂ ਬੰਦੇਰ ਪੰਨੂ ਵਰਗੇ ਲੋਕ ਨੇ, ਠੀਕ ਹੈ। ਸੋ ਇੱਕ ਮੰਨੇ ਦੇਸ਼ ਦੀ ਜਿਹੜੇ 98% ਮਿਹਨਤ ਕਸ਼ ਆ ਉਹ ਇੱਕ ਮੰਨੇ ਹੋਣ ਤਾਂ 1.5% ਲੋਕ ਜਿਹੜੇ ਆ ਉੱਥੇ ਜਾ ਕੇ ਕਾਰਵਾਈ ਪਾਉਣ, ਅਤੇ ਉਹ ਆਮ ਬੰਦੇ ਨੂੰ ਸਮਝ, ਹਰ ਜਿਹੜਾ ਲੇਮੈਨ ਆ ਨਾ ਉਹਨੂੰ ਵੀ ਸਮਝ ਆਉਂਦੀ ਆ ਵੀ ਇਹ ਸਰਕਾਰ ਦੀ ਚਾਲ ਸੀ ਜੀ। ਸੋ ਸਾਡੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਝੰਡੇ ਦਾ ਅਪਮਾਨ ਦਿਸਦਾ ਹੈਗਾ, ਉੱਥੇ ਇੰਨੇ ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਆ, ਉਹਦਾ ਜ਼ਿਕਰ ਨਹੀਂ ਕਰਦੇ ਮਨ ਕੀ ਬਾਤ ਦੇ ਵਿੱਚ। ਅੱਛਾ, ਦੂਜੀ ਗੱਲ, ਉਹਨਾਂ ਕਿਸਾਨਾਂ ਦੇ ਤੁਸੀਂ ਪੱਥਰ ਵੀ ਮਾਰ ਰਹੇ ਹੋ, FIR ਵੀ ਉਹਨਾਂ 'ਤੇ ਹੋ ਰਹੀ ਆ, ਇਹ ਕਿੱਦਾਂ ਹੋ ਸਕਦਾ? ਉਹ FIR ਕਿੱਦਾਂ ਕਰ ਦਿੰਦੇ? ਉੱਦਾਂ ਹੀ ਚੱਕ ਚੱਕ ਕੇ ਕਰੀ ਜਾਂਦੇ? ਬਸ ਇਹ ਤਾਂ ਇਹ ਸਰਕਾਰਾਂ ਦਾ ਧੱਕਾ ਆ ਨਾ। ਦੁਬਾਰਾ ਨੋਟਿਸ ਪਹਿਲਾਂ ਸ਼ਨਿਚਰਵਾਰ ਲਈ ਜਾਰੀ ਕੀਤੇ ਸੀਗੇ ਕਿਸਾਨ ਆਗੂਆਂ ਨੂੰ, ਉਹ ਨਹੀਂ ਗਏ, ਹੁਣ ਸੋਮਵਾਰ ਦੇ ਲਈ ਯਾਨੀ ਕਿ ਅੱਜ ਲਈ ਵੀ ਨੋਟਿਸ ਜਾਰੀ ਕੀਤੇ ਹੋਏ, ਔਰ ਮੈਨੂੰ ਨਹੀਂ ਲੱਗਦਾ ਕਿਸਾਨ ਆਗੂ ਉੱਥੇ ਜਾਣਗੇ। ਅੱਛਾ, ਇੰਟਰਨੈਟ ਵੀ ਬੰਦ ਹੈ, ਪਾਣੀ ਵੀ ਬੰਦ ਕਰਤਾ ਜੀ, ਇਹ ਤਾਂ ਹਿਊਮੈਨਿਟੀ ਨਹੀਂ ਨਾ ਹੋਈ, ਫਿਰ ਤਾਂ ਇਨਸਾਨੀ ਤੌਰ 'ਤੇ ਹੀ ਤੁਸੀਂ ਖਤਮ ਹੋ ਗਏ। ਦੇਖੋ ਸਾਡੀ ਸਰਕਾਰ ਦੀ ਨਾ ਕੌਮਾਂਤਰੀ ਪੱਧਰ 'ਤੇ ਬਹੁਤ ਹੋਏ ਹੋਏ ਹੋ ਚੁੱਕੀ ਆ, ਹੋ ਰਹੀ ਆ, ਪਰ
ਇੰਨੀ ਗੈਰ ਸੰਵੇਦਨਸ਼ੀਲਤਾ ਜਿਹੜੀ ਆ ਉਹ ਮੈਂ ਤਾਂ ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਦੇਖੀ ਭਈ ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਲੋਕ ਜਿਹੜੇ ਆ ਉਹ ਦੇਸ਼ ਦੀ ਰਾਜਧਾਨੀ ਦੀਆਂ ਹੱਦਾਂ ਮੰਨ ਕੇ ਬੈਠੇ ਹੋਣ ਅਤੇ ਸਰਕਾਰ ਦੇ ਕੰਨਾਂ 'ਤੇ ਜੂੰ ਨਾ ਸਰ ਕੇ ਅਜੇ ਤੱਕ ਵੀ ਕਾਨੂੰਨਾਂ ਦੇ ਬਿਹਤਰ ਹੋਣ ਦਾ ਜਾਂ ਕਿਸਾਨਾਂ ਲਈ ਫਾਇਦੇਮੰਦ ਹੋਣ ਦਾ ਪਾਠ ਲੋਕਾਂ ਨੂੰ ਪੜ੍ਹਾਇਆ ਜਾ ਰਿਹਾ ਹੈਗਾ। ਅੱਛਾ, ਜਿਹੜਾ MLA ਦੀ ਆਪਾਂ ਗੱਲ ਕਰਦੇ ਸੀ, ਇੱਕ ਤਾਂ ਗੁੱਜਰ ਗੁੱਜਰ ਸਮਾਜ, ਜਿਹੜਾ ਨੰਦ ਕਿਸ਼ੋਰ ਗੁੱਜਰ ਸੀਗੇ, ਜੀ ਗੁੱਜਰ ਸਮਾਜ, ਮੈਂ ਤਾਂ ਉਸ ਏਰੀਏ 'ਚ ਕਾਫੀ ਜਾਂਦਾ ਰਿਹਾ, ਇੱਕ ਦੋ ਦੋਸਤ ਵੀ ਹੈਗੇ ਮੇਰੇ, ਉਹ ਸਾਰਾ ਗੁੱਜਰਾਂ ਦਾ ਹੀ ਏਰੀਆ ਹੈਗਾ, ਜੀ ਔਰ ਉਹ ਸਮਾਜ ਆਪਸ 'ਚ ਇੰਨੇ ਪੀੜ੍ਹੀ ਤਰ੍ਹਾਂ ਜੁੜੇ ਹੋਏ ਹੈ ਵੀ ਉਹਨਾਂ ਨੂੰ ਅਲੱਗ ਕਰਨਾ ਔਖਾ ਹੈ। ਜੀ ਉਹਨਾਂ ਨੇ ਸ਼ਰੇਆਮ ਇਹ ਗੱਲ ਕਹਿ ਦਿੱਤੀ ਆ ਵੀ ਨੰਦ ਕਿਸ਼ੋਰ ਗੁੱਜਰ ਦੇ ਉੱਤੇ FIR ਹੋਣੀ ਚਾਹੀਦੀ ਆ, ਇਹਦੀ ਚਿੱਠੀ ਨੂੰ ਆਧਾਰ ਬਣਾ ਕੇ, ਅਤੇ ਉਹਨਾਂ ਨੇ ਉਹ ਕੁਸ਼ਾਂਬੀ ਇੱਕ ਮੇਰੇ ਖਿਆਲ ਥਾਣੇ ਦਾ ਨਾਂ ਹਾਂ ਆ, ਕਸ਼ੰਬੀ, ਹਾਂਜੀ ਕਸ਼ੰਬੀ, ਉਹ ਥਾਣਾ ਵੀ ਘੇਰਿਆ ਹੋਇਆ ਵੀ ਜਦੋਂ ਤੱਕ ਇਹਨੂੰ ਗ੍ਰਿਫਤਾਰ ਨਹੀਂ ਕਰਦੇ ਅਸੀਂ ਹਿੱਲਣਾ ਨਹੀਂ। ਜੀ ਸੋ ਦੇਖਣ ਵਾਲੀ ਗੱਲ ਤਾਂ ਇਹ ਆ ਵੀ ਭਾਜਪਾ ਕਿਸ ਹੱਦ ਤੱਕ ਥੱਲੇ ਡਿੱਗ ਸਕਦੀ ਆ। ਭਾਜਪਾ ਦੇ MLA ਤੁਸੀਂ ਪਤਾ ਸਾਰਿਆਂ ਨੂੰ ਹਾਲੇ ਖਬਰਾਂ ਦੀ ਜਿਹੜੀਆਂ ਸਿਆਹੀ ਵੀ ਫਿੱਕੀ ਨਹੀਂ ਪਈ ਵੀ ਕਿਵੇਂ ਭਾਜਪਾ ਦੇ MLA ਜਿਹੜੇ ਆ ਉਹ ਰੇਪ ਕਾਂਡਾਂ ਦੇ ਵਿੱਚ ਸ਼ਾਮਿਲ ਪਾਏ ਜਾਂਦੇ ਆ, ਸਜ਼ਾਵਾਂ ਹੁੰਦੀਆਂ ਨੇ, ਠੀਕ ਹੈ, ਔਰ ਕਿਵੇਂ ਰੇਪ ਕਾਂਡ ਦੇ ਜਿਹੜੇ ਪੀੜਤ ਲੋਕ ਆ ਉਹਨਾਂ ਦੇ ਪਰਿਵਾਰਾਂ ਨੂੰ ਕਿੱਦਾਂ ਖੱਜਲ ਖੁਆਰ ਕਰਦੇ ਆ, ਕਿਵੇਂ ਉਹਨਾਂ ਦੇ ਐਕਸੀਡੈਂਟ ਕਰਦੇ ਨੇ ਜਦੋਂ ਉਹ ਅਦਾਲਤ ਵਿੱਚ ਜਾ ਰਹੇ ਆ ਜਾਂ ਥਾਣੇ ਜਾ ਰਹੇ ਆ, ਅਤੇ ਭਾਜਪਾ ਦੇ ਜਿਹੜੇ ਗੁੰਡੇ ਆ ਉਹ ਕਿਸ ਹੱਦ ਤੱਕ ਉਤਰ ਆਉਂਦੇ ਨੇ, ਕਿਸ ਹੱਦ ਤੱਕ ਡਿੱਗ ਸਕਦੇ ਨੇ, ਕਿਵੇਂ ਭਾਜਪਾ ਜਿਹੜੀ ਆ ਜਿਹੜੀ ਸੂਬੇ ਦੀ ਹਕੂਮਤ ਆ ਉਹ ਲੋਕਾਂ ਨੂੰ ਇੱਕ ਜਿਹੜਾ ਬਲਾਤਕਾਰ ਪੀੜਤਾ ਦੇ ਪਿੰਡ ਤੱਕ ਵੀ ਨਹੀਂ ਪਹੁੰਚਣ ਦਿੰਦੀ ਐਡਮਿਨਿਸਟ੍ਰੇਸ਼ਨ ਜਿਹੜੀ ਆ, ਬਿਲਕੁਲ, ਔਰ DC ਜਾ ਕੇ ਦਬਕੇ ਮਾਰਦਾ ਉਹਦੇ ਮਾਪਿਆਂ ਨੂੰ ਭਈ ਖਬਰਦਾਰ ਜੇ ਕੋਈ ਬਿਆਨ ਤੁਸੀਂ ਦਿੱਤਾ ਪ੍ਰੈਸ ਨੂੰ, ਹਨਾ, ਅੱਧੀ ਰਾਤ ਨੂੰ ਸੰਸਕਾਰ ਹੋ ਰਿਹਾ ਹੈ ਅੱਧੀ ਰੇਪ ਰਾਤ ਨੂੰ ਪੀੜਤਾ ਦਾ, ਸੰਸਕਾਰ ਹੋ ਇਹਦੇ ਰਿਹਾ ਹੈ, ਸ਼ਰਮਨਾਕ ਹੋਰ ਕੀ ਗੱਲ ਹੋ ਸਕਦੀ ਜੀ, ਹੈ। ਅਤੇ ਸੋ ਇਹ ਮਤਲਬ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਗੁਰਬਾਣੀ ਦਾ ਫਰਮਾਨ ਆ ਵੀ ਇਹ ਭੂਪਤ ਸਭ ਚਾਰ ਦਿਵਸ ਕੇ, ਤਾਂ ਸਰਕਾਰਾਂ ਆਉਂਦੀਆਂ ਜਾਂਦੀਆਂ, ਠੀਕ ਆ, ਆਉਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ, ਪਰ ਸ਼ਾਇਦ ਇੰਨੀ ਨਿਕੰਮੀ ਅਤੇ ਇੰਨੀ ਲੋਕਾਂ ਤੋਂ ਟੁੱਟੀ ਹੋਈ ਸਰਕਾਰ ਮੁੜ ਕੇ ਨਾ ਹੀ ਆਵੇ। ਮਨ ਕੀ ਬਾਤ 'ਚ ਨਹੀਂ ਕਿਹਾ ਵੀ ਤਿਰੰਗੇ ਦਾ ਅਪਮਾਨ ਹੋਇਆ, ਜਨ ਕੀ ਬਾਤ 'ਤੇ ਅੱਜ ਤੱਕ ਪ੍ਰਧਾਨ ਮੰਤਰੀ ਸਾਹਿਬ ਕਰਦੇ ਕੋਈ ਨਹੀਂ, ਜੀ, ਕਿਉਂਕਿ ਜਨ ਕੀ ਬਾਤ 'ਤੇ ਤਾਂ ਹੋਵੇ ਜੇ ਪ੍ਰੈਸ ਕਾਨਫਰੰਸ ਕਰਨ, ਕੁਐਸਚਨ ਤਾਂ ਕਿਸੇ ਤੋਂ ਲੈਣਾ ਹੀ ਨਹੀਂ, ਆਪਣੇ ਕੁਛ ਬੰਦੇ ਖੜ੍ਹੇ ਕਰ ਲੈਂਦੇ ਉਹ ਤੋਂ ਕਰ ਲੈਂਦੇ। ਹਾਂਜੀ, ਕਹਿੰਦੇ ਤਿਰੰਗੇ ਦਾ ਅਪਮਾਨ ਹੋਇਆ ਜਿਸ ਦਿਨ ਰੇਪਿਸਟ ਜਿਹੜੇ ਸੀਗੇ ਜਿਨ੍ਹਾਂ ਨੇ ਕੁੜੀ ਦਾ ਰੇਪ ਕੀਤਾ ਉਹਦੇ ਹੱਕ ਦੇ ਵਿੱਚ BJP ਵਾਲਿਆਂ ਨੇ ਉਹਨਾਂ ਬਲਾਤਕਾਰੀਆਂ ਦੇ ਹੱਕ 'ਚ ਤਿਰੰਗਾ ਯਾਤਰਾ ਕੱਢੀ ਸੀ, ਉਦਣ ਤਿਰੰਗੇ ਦਾ ਅਪਮਾਨ ਨਹੀਂ ਸੀ? ਬਿਲਕੁਲ ਬਿਲਕੁਲ, ਭਈ ਬਲਾਤਕਾਰ ਪੀੜਤਾ ਹੋਵੇ ਇੱਕ ਬੱਚੀ ਤਾਂ ਉਹ ਜਿਹੜੇ ਦੋਸ਼ੀ ਆ ਉਹਨਾਂ ਦੇ ਹੱਕ ਦੇ ਵਿੱਚ ਤਿਰੰਗਾ ਯਾਤਰਾ ਨਿਕਲਦੀ ਹੋਵੇ ਉਦਣ ਤਿਰੰਗੇ ਦਾ ਅਪਮਾਨ। ਤੁਸੀਂ ਟਕੈਤ ਸਾਹਿਬ ਦਾ ਬਿਆਨ ਆਇਆ ਕੱਲ੍ਹ, ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਜਿਹੜਾ ਤਿਰੰਗਾ ਆ ਉਹ ਇਕੱਲੇ ਪ੍ਰਧਾਨ ਮੰਤਰੀ ਦਾ ਨਹੀਂ, ਨਰਿੰਦਰ ਮੋਦੀ ਉਹਨਾਂ ਦਾ, ਬਿਲਕੁਲ ਸਾਡੇ ਸਾਰੇ ਦੇਸ਼ ਵਾਸੀਆਂ ਦਾ ਤਿਰੰਗਾ, ਹੈ ਨਾ ਜੀ ਜੀ। ਸੋ ਤਿਰੰਗੇ ਦਾ ਕਿੰਨਾ ਕੁ ਆਦਰ ਮਾਣ ਕਰਦੀ ਆ ਭਾਜਪਾ ਇਹ ਸਾਨੂੰ ਸਾਰਿਆਂ ਨੂੰ ਪਤਾ ਹੈਗਾ। ਪਿਛਲੀ ਵਾਰੀ ਵੀ ਤੁਸੀਂ ਕਿਹਾ ਸੀਗਾ ਵੀ ਇਹਨਾਂ ਦਾ ਜਿਹੜਾ ਹੈੱਡਕੁਆਟਰ ਆ ਨਾਗਪੁਰ RSS ਦਾ, ਬਿਲਕੁਲ, ਉੱਥੇ ਅੱਜ ਤੱਕ ਤਿਰੰਗਾ ਨਹੀਂ ਸੀ ਚਲਾਉਂਦੇ, ਇਹ ਇੰਨਾ ਕੁ ਆਦਰ ਮਾਣ ਕਰਦੇ ਨੇ ਭਾਜਪਾ ਵਾਲੇ ਜਿਹੜੇ ਤਿਰੰਗੇ ਦਾ, ਬਿਲਕੁਲ। ਸੋ ਪੰਜਾਬੀਆਂ ਨੂੰ ਦੱਸਦੇ ਆ, ਉੱਤਰੀ ਭਾਰਤ ਦੇ ਖਿੱਤੇ ਦੇ ਲੋਕਾਂ ਨੂੰ ਦੱਸਦੇ ਆ ਵੀ ਤਿਰੰਗੇ ਦਾ ਅਪਮਾਨ ਹੋਇਆ, ਜਿਹੜੇ ਭਲੀ ਭਾਂਤ ਤਿਰੰਗੇ ਦਾ ਸਤਿਕਾਰ ਕਰਨਾ ਜਾਣਦੇ ਆ। ਜੀ, ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸਰਦਾਰ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ, ਵੱਧਦੇ ਹਾਂ ਅਗਲੀ ਗੱਲ ਨਾਲ। ਸੱਤੀ ਸਾਹਿਬ, ਖਾਬ ਪੰਚਾਇਤਾਂ ਹਰਿਆਣੇ 'ਚ ਵੀ ਅਣਗਿਣਤੀ ਹੋ ਰਹੀਆਂ, UP 'ਚ ਵੀ ਅਣਗਿਣਤੀ ਹੋ ਰਹੀਆਂ, ਅਤੇ ਪੰਜਾਬ 'ਚ ਵੀ ਪੰਚਾਇਤਾਂ ਨੇ ਮਸਲੇ ਪਾ ਦਿੱਤੇ ਆ। ਅਤੇ ਉੱਧਰੋਂ ਜਿਹੜੀ ਮੇਨ ਗੱਲ ਸੀਗੀ
ਏਕਾ ਦਿਖਾਉਣ ਨੂੰ, ਕਿਉਂਕਿ ਬੀਜੇਪੀ ਨੇ ਜੋ ਇਹੋ ਕੀਤਾ ਇਹ ਸਾਰਾ ਕੁਛ ਲੋਕਾਂ ਨੂੰ ਆਪਸ 'ਚ ਕਿਉਂਕਿ ਵੰਡ ਪਾਉਣ ਦੀ ਕੋਸ਼ਿਸ਼ ਕੀਤੀ, ਇਹ ਦੱਸਣ ਦੀ ਕੋਸ਼ਿਸ਼ ਕੀਤੀ ਵੀ ਇਹ ਸਿੱਖ ਅੱਤਵਾਦੀ ਨੇ। ਅਤੇ 2 ਦਿਨ ਟਕੈਤ ਸਾਹਿਬ ਕੇਸਰੀ ਪੱਗ ਬੰਨ੍ਹ ਕੇ ਖੜ੍ਹੇ ਰਹੇ ਉੱਥੇ, ਅਤੇ ਲੋਕ ਦਰਬਾਰ ਸਾਹਿਬ ਤੋਂ ਜਲ ਲੈ ਕੇ ਉਹਨਾਂ ਲਈ ਜਾ ਰਹੇ ਆ, ਇਹਨੂੰ ਕਿੱਦਾਂ ਦੇਖਦੇ ਆ? ਦੇਖੋ, ਸਾਡੇ ਸਿਆਸੀ ਮਤਭੇਦ ਇੱਕ ਦੂਜੇ ਨਾਲ ਜੋ ਮਰਜ਼ੀ ਹੋਣ, ਬਿਲਕੁਲ। ਕੱਲ੍ਹ ਪੰਜਾਬ ਦੇ ਜਿਹੜੇ ਆ ਸਾਬਕਾ ਡਿਪਟੀ ਚੀਫ ਮਿਨਿਸਟਰ ਸਰਦਾਰ ਸੁਖਵੀਰ ਸਿੰਘ ਬਾਦਲ ਜਾਂਦੇ ਆ ਜੀ ਜੀ, ਬਲਵਿੰਦਰ ਸਿੰਘ ਭੂੰਦੜ ਵਰਗੇ ਲੋਕ ਉਹਨਾਂ ਦੇ ਨਾਲ ਆ, ਔਰ ਰਾਮੂਵਾਲੀਆ ਸਾਹਿਬ ਵੀ ਗਏ, ਰਾਮੂਵਾਲੀਆ ਸਾਹਿਬ ਨਾਲ ਆ, ਕਾਲਕਾ ਸਾਹਿਬ ਉੱਥੇ ਆ, ਸਿਰਸਾ ਸਾਹਿਬ ਉੱਥੇ ਨੇ ਜੀ ਜੀ ਜੀ, ਔਰ ਟਕੈਤ ਸਾਹਿਬ ਨੂੰ ਕਿਰਪਾਨ ਭੇਟ ਕੀਤੀ ਆ ਸਨਮਾਨ ਵਜੋਂ ਜੀ, ਔਰ ਦਰਬਾਰ ਸਾਹਿਬ ਤੋਂ ਅੰਮ੍ਰਿਤ ਲੈ ਕੇ ਜਾਂਦੇ ਨੇ, ਠੀਕ ਆ, ਜਿਹੜਾ ਉਹਨਾਂ ਨੇ ਛਕਿਆ ਵੀ, ਬਿਲਕੁਲ। ਅਤੇ ਨਾਲ ਦੀ ਨਾਲ ਤੁਸੀਂ ਦੇਖੋ ਵੀ ਦੇਖਣ ਵਾਲੀ ਗੱਲ ਤਾਂ ਇਹ ਆ ਵੀ ਕਿਵੇਂ ਖਾਪ ਪੰਚਾਇਤਾਂ ਮਤੇ ਪਾ ਰਹੀਆਂ ਹੈਗੀਆਂ, ਉੱਥੇ ਘਰ ਪਰਤੀ ਬੰਦੇ ਭੇਜ ਰਹੀਆਂ। ਪੰਜਾਬ ਦੇ ਵਿੱਚ ਇੱਕ ਪਿੰਡ ਤੋਂ ਇਹ ਖਬਰ ਆਈ ਪਈ ਜੁਰਮਾਨਾ ਵੀ ਲਾਵਾਂਗੇ ਜਿਹੜੇ ਨਹੀਂ ਜਾਣਗੇ ਦਿੱਲੀ, ਪਈ ਨਾਲ ਦੀ ਨਾਲ ਇੱਕ ਇੱਦਾਂ ਦੀ ਖਬਰ ਕੱਲ੍ਹ ਦੇਖਣ 'ਚ ਆਈ ਪਈ ਪਿੰਡ ਦੇ ਕਹਿੰਦੇ ਆ ਵੀ ਜੇ ਦਿੱਲੀ ਨਹੀਂ ਨਾ ਜਾਣਾ ਤਾਂ ਫਿਰ ਪਿੰਡ ਬਣਾ ਮੁੜਿਓ, ਬਿਲਕੁਲ। ਸੋ ਲੋਕ ਇੰਨੇ ਜਾਣੀ ਕਿ ਹੁਣ ਲੋਕਾਂ ਦੇ ਵਿੱਚ ਜਜ਼ਬਾ ਜਿਹੜਾ ਆ ਨਾ ਦਿੱਲੀ ਜਾਣ ਦਾ, ਅੰਦੋਲਨ ਦਾ ਹਿੱਸਾ ਬਣਨ ਦਾ, ਦਿਨ ਬ ਦਿਨ ਇੰਨਾ ਪ੍ਰਬਲ ਹੋ ਰਿਹਾ, ਇੰਨਾ ਪ੍ਰਚੰਡ ਹੋ ਰਿਹਾ ਹੈਗਾ। ਸੋ ਸਰਕਾਰ ਜਿਹੜੀ ਆ ਅਜੇ ਤੱਕ ਵੀ ਢੀਠਤਾਈ ਦਾ ਮੁਜ਼ਾਹਰਾ ਕਰ ਰਹੀ ਹੈ ਅਤੇ ਅਜੇ ਤੱਕ ਵੀ ਕਾਨੂੰਨਾਂ ਨੂੰ ਡੈਫਰ ਕਰਨ ਦੀ ਗੱਲ ਤਾਂ ਕਰਦੀ ਆ, ਰੱਦ ਕਰਨ ਦੀ ਗੱਲ ਨਹੀਂ ਕਰਦੀ। ਪਰ ਟਕੈਤ ਸਾਹਿਬ ਨੇ ਕਿਹਾ ਵੀ ਅਸੀਂ ਨਾ ਹਥਿਆਰਾਂ ਦੀ ਨੋਕ 'ਤੇ ਜਾਂ ਡਰ ਕੇ ਨਹੀਂ ਕੋਈ ਸਮਝੌਤਾ ਕਰਨਾ। ਅਤੇ ਹੁਣ ਅਗਲੀ ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਵੀ ਅਸੀਂ ਬਥੇਰੀਆਂ ਮੀਟਿੰਗਾਂ ਅਟੈਂਡ ਕਰ ਲਈਆਂ, ਹੁਣ ਜਿੱਥੇ ਅਸੀਂ ਬੈਠੇ ਹਾਂ ਨਾ ਉੱਥੇ ਆਓ ਜੇ ਗੱਲਬਾਤ ਕਰਨੀ ਆ। ਅੱਛਾ, ਪ੍ਰਧਾਨ ਮੰਤਰੀ ਸਾਹਿਬ ਪਹਿਲੀ ਵਾਰ ਬੋਲੇ ਆ ਜੀ, ਭਗਵੰਤ ਮਾਨ ਹੁਣੀ ਉੱਦਾਂ ਜਿੱਦਾਂ ਆਲ ਪਾਰਟੀ ਮੀਟਿੰਗ ਹੋਈ ਆ, ਉਹਦੇ ਵਿੱਚ ਭਗਵੰਤ ਮਾਨ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਮਤਲਬ ਬਿਲਕੁਲ ਹੀ ਕਿਹਾ ਨਹੀਂ ਬਲਕਿ ਖਰੀਆਂ ਸੁਣਾਈਆਂ ਉਹਨਾਂ ਨੇ, ਅਤੇ ਪਹਿਲੀ ਵਾਰ ਬੋਲੇ ਕਿ ਅਸੀਂ ਜੀ ਇੱਕ ਫੋਨ ਕਾਲ ਦੂਰ ਹਾਂ ਜੀ, ਇਹ ਉਹਨਾਂ ਨੇ ਕਿਹਾ ਮਤਲਬ ਤੁਹਾਡੇ ਕੋਲੋਂ ਮੰਗਣ ਆਉਣ ਫਿਰ। ਹਾਂ ਵੀ ਫਿਰ ਜਾਣੀ ਕਿ ਇਹ ਕਿਸਾਨ ਮੰਗਤੇ ਨਹੀਂ, ਠੀਕ ਹੈ, ਬਿਲਕੁਲ, ਉਹ ਕਿਰਤੀ ਨੇ ਔਰ ਦੇਸ਼ ਨੂੰ ਆਤਮ ਨਿਰਭਰ ਅਨਾਜ ਦੇ ਮਸਲੇ ਦੇ ਵਿੱਚ ਬਣਾਉਣ ਵਾਲੇ ਲੋਕ ਨੇ, ਤਾਂ ਉਹ ਤੁਹਾਡੀਆਂ ਮਿੰਨਤਾਂ ਕਰਨ ਹੁਣ ਆਣ ਕੇ, ਤੁਹਾਨੂੰ 2 ਮਹੀਨਿਆਂ ਤੋਂ ਉਹ ਹੱਦਾਂ 'ਤੇ ਦਿੱਲੀ ਦੀਆਂ ਬੈਠੇ ਬੈਠੇ ਨਹੀਂ ਦਿਸ ਰਹੇ ਜੀ ਜੀ, ਤਾਂ ਇੱਕ ਫੋਨ ਕਾਲ ਅਬ ਇਹ ਆ ਤੁਹਾਡੇ ਮੰਤਰੀ ਇੱਕ ਬੰਨੇ ਤਾਂ ਗੱਲਾਂ ਕਰਦੇ ਨੇ ਭਈ ਜਿਹੜਾ ਆ ਮਸਲਾ ਕਿਸੇ ਨਾ ਕਿਸੇ ਤਰ੍ਹਾਂ ਹੱਲ ਹੋਵੇ, ਦੂਸਰੇ ਬੰਨੇ ਸੁਰ ਜਿਹੜੀ ਆ ਉਹ ਪੰਚਮ ਵੀ ਰੱਖਦੇ ਆ ਵੀ ਮੰਨਣਾ ਮੰਨੋ ਨਹੀਂ ਮੰਨਣਾ ਨਹੀਂ ਮੰਨਣਾ ਜੀ ਜੀ ਜੀ। ਅੱਛਾ, ਉੱਦਣ ਦੇ ਕੁਛ ਨੌਜਵਾਨ ਲਾਪਤਾ ਨੇ ਜੀ, ਉਹਨਾਂ ਬਾਰੇ ਵੀ ਕਾਫੀਆਂ ਦਾ ਤਾਂ ਪਤਾ ਲੱਗ ਗਿਆ, ਕੁਛ ਤਿਹਾੜ ਜੇਲ੍ਹ 'ਚ ਨੇ, ਕੁਛ ਹਸਪਤਾਲ 'ਚ ਨੇ, ਕੁਛ ਇੱਦਾਂ ਦਾ ਪਤਾ ਲੱਗੀ ਜਾ ਰਿਹਾ ਹੌਲੀ ਹੌਲੀ, ਅਤੇ ਉਹਨਾਂ ਬਾਰੇ ਜਿਹੜੀਆਂ ਸੰਸਥਾਵਾਂ ਆ ਉਹ ਮਤਲਬ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਆ ਜੀ, ਅਤੇ ਉਹਨੂੰ ਕਿੱਦਾਂ ਦੇਖਦੇ ਆ ਵੀ ਇਹ ਕੀ ਸਰਕਾਰ ਦਾ ਦੂਸਰੇ ਨਹੀਂ ਸੀ ਡਿਊਟੀ ਬਣਦੀ ਵੀ ਹਾਂ ਉਹ ਅੰਦੋਲਨਕਾਰੀਆਂ ਦਾ ਪਤਾ ਦੱਸਿਆ ਜਾਂਦਾ ਸਾਰਿਆਂ ਨੂੰ ਜੀ? ਡਿਊਟੀ ਤਾਂ ਇਹ ਸਰਕਾਰ ਦੀ ਬਣਦੀ ਆ, ਹਾਲੇ ਤੱਕ ਨੋਟਿਸ ਜਾਰੀ ਹੋ ਰਹੇ ਨੇ ਔਰ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਵੀ ਇੱਕ ਪਿੰਡ ਤੋਂ ਖਬਰ ਆਈ ਤਤਾਰੀ ਵਾਲਾ ਵੀ 15 ਜਿਹੜੇ ਨੌਜਵਾਨ ਆ ਉਹ ਗਾਇਬ ਹੈਗੇ ਆ। ਸੋ ਕੇਂਦਰ ਸਰਕਾਰ ਲਈ ਸਾਡੇ ਨੌਜਵਾਨਾਂ ਦੀ ਜਾਨ, ਉਹਨਾਂ ਦੀ ਹੋਂਦ ਕੋਈ ਅਰਥ ਨਹੀਂ ਰੱਖਦੀ ਹੈਗੀ, ਹੈ ਨਾ। ਸੋ ਬਹੁਤਾ ਜਿਹੜੇ ਗੁੰਮ ਨੇ ਉਹ ਗ੍ਰਿਫਤਾਰੀਆਂ ਹੋਈਆਂ ਨੇ ਪਰ ਹਾਲੇ ਤੱਕ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਵੀ ਉਹ ਕਿਹੜੀਆਂ ਕਿਹੜੀਆਂ ਜੇਲ੍ਹਾਂ 'ਚ ਡੱਕੇ ਹੋਏ ਨੇ ਜਾਂ ਥਾਣਿਆਂ 'ਚ ਬੈਠੇ ਆ ਜਾਂ ਜੇਲ੍ਹਾਂ 'ਚ ਭੇਜ ਦਿੱਤੇ ਆ। ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਹੈਲਪਲਾਈਨ ਨੰਬਰ ਕੱਲ੍ਹ ਇੱਕ ਜਾਰੀ ਕੀਤਾ, ਬਿਲਕੁਲ, ਔਰ ਪੰਜਾਬ ਦੇ ਵੱਖ ਵੱਖ ਖਿੱਤਿਆਂ ਤੋਂ ਤੁਸੀਂ ਦੇਖਦੇ ਹੋਣੇ ਆ ਬਾਰ ਐਸੋਸੀਏਸ਼ਨਾਂ ਜਿਹੜੀਆਂ ਆ ਉਹਨਾਂ ਨੇ ਮਤੇ ਵੀ ਪਾਏ ਆ, ਸੁਪਰੀਮ ਕੋਰਟ ਦੇ ਵਕੀਲ ਵੀ, ਸੁਪਰੀਮ ਕੋਰਟ ਦੇ ਪ੍ਰਸ਼ਾਂਤ ਭੂਸ਼ਣ ਵਰਗੇ, ਬਿਲਕੁਲ, ਉਹਨਾਂ ਨੇ ਕਿਹਾ ਵੀ ਅਸੀਂ ਮੁਫਤ ਕੇਸ ਲੜਾਂਗੇ, ਠੀਕ ਆ, ਅਸੀਂ ਪੈਰਵਾਈ ਕਰਾਂਗੇ। ਅਤੇ ਰਾਜੇਵਾਲ ਸਾਹਿਬ ਨੇ ਅਤੇ ਹੋਰ ਜਿਹੜੇ ਆਗੂ ਨੇ ਆਪਣੇ, ਚਾਹੇ ਉਹ ਅਰੋੜਾ ਸਿੰਘ ਮਾਨ ਸਾਹਿਬ ਹੋਰ ਹੀ ਨੇ, ਚਾਹੇ ਉਹ ਅਗਰਾਹਾਂ ਸਾਹਿਬ ਨੇ, ਉਹਨਾਂ ਨੇ ਕਿਹਾ ਵੀ ਅਸੀਂ ਜਿਨ੍ਹਾਂ ਦਾ ਨੁਕਸਾਨ ਹੋਇਆ, ਚਾਹੇ ਉਹ ਗੱਡੀਆਂ ਦਾ ਚਾਹੇ ਉਹ ਟਰੈਕਟਰਾਂ ਦਾ, ਉਹਦੀ ਭਰਪਾਈ ਵੀ ਜਿਹੜੀ ਆ ਉਹ ਕਿਸਾਨ ਯੂਨੀਅਨਾਂ ਕਰਨਗੀਆਂ। ਅੱਛਾ, ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ ਇੱਕ ਜਿਹੜੀ ਬਹੁਤ ਵੱਡੀ ਆ, ਮਤਲਬ ਮੈਂ ਇਸ ਚੀਜ਼ ਨੂੰ ਦੇਖ ਕੇ ਹੈਰਾਨ ਰਹਿ ਗਿਆ ਜੀ ਵੀ ਇੰਨੇ ਸਾਲ ਲੱਗੇ ਇਹਨਾਂ ਨੂੰ ਸਮਾਜ ਦੇ ਵਿੱਚ ਵੰਡ ਪਾਉਣ ਨੂੰ ਜੀ, ਅਤੇ ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ ਆਪਣੇ ਜਿਹੜੇ ਹਰਿਆਣੇ ਤੋਂ ਲੋਕ ਸਿੰਘੂ ਬਾਰਡਰ 'ਤੇ ਗਏ ਆ ਜਾਂ ਟਿਕਰੀ ਬਾਰਡਰ 'ਤੇ ਗਏ ਆ, ਉਹਨਾਂ ਨੂੰ ਖਾਸ ਹਦਾਇਤਾਂ ਦੇ ਕੇ ਭੇਜਿਆ ਜੀ ਵੀ ਭਾਈ ਆਲੇ ਦੁਆਲੇ ਤੁਸੀਂ ਰਹਿਣਾ, ਪੰਜਾਬੀ ਸੈਂਟਰ 'ਚ ਰਹਿਣਗੇ ਜੀ।
ਤੁਸੀਂ ਦੇਖੋ ਇਹਦੇ ਤੋਂ ਵੱਡਿਆ ਭਰਪਣ ਦੀ ਮਿਸਾਲ ਹੋਰ ਕੀ ਹੋ ਸਕਦੀ ਆ ਜੀ। ਇਹਦੇ ਤੋਂ ਵੱਡੀ ਆਪਸੀ ਜਿਹੜਾ ਮੋਹ ਪਿਆਰ ਦੀ ਜਿਹੜੀ ਹੋਰ ਕਿਹੜੀ ਮਿਸਾਲ ਹੋ ਸਕਦੀ ਆ। ਕਿੰਨਾ ਸਰਕਾਰਾਂ ਨੇ ਜ਼ੋਰ ਲਾਇਆ, ਚਾਹੇ ਉਹ ਖੱਟਰ ਸਰਕਾਰ ਸੀ, ਚਾਹੇ ਕੇਂਦਰ ਦੀ ਭਾਜਪਾ ਸਰਕਾਰ ਸੀ, ਅਤੇ ਚਾਹੇ ਭਾਜਪਾ ਸਮੁੱਚੇ ਰੂਪ ਦੇ ਵਿੱਚ ਲੋਕਾਂ ਨੂੰ ਕਿੱਦਾਂ ਇਹਨੇ ਧਰੁਵੀਕਰਨ ਕਰਨ ਦਾ ਯਤਨ ਕੀਤਾ, ਜਾਤਾਂ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ। ਉਹਨਾਂ ਨੂੰ ਜਾਟ ਦੱਸਦੀ ਸੀ, ਪੰਜਾਬੀਆਂ ਨੂੰ ਜੱਟ ਦੱਸਦੀ ਸੀ, ਖਾਲਿਸਤਾਨੀ ਦੱਸਦੀ ਸੀ। ਔਰ ਲੋਕ ਜਿਹੜੇ ਆ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਖਾਪ ਪੰਚਾਇਤਾਂ ਨੇ ਵਿਸ਼ੇਸ਼ ਹਦਾਇਤਾਂ ਦੇ ਕੇ ਤੋਰਿਆ ਵੀ ਪੰਜਾਬੀ ਵਿਚਾਲੇ ਹੋਣੇ ਚਾਹੀਦੇ ਆ। ਸੋ ਇਹਦਾ ਮਤਲਬ ਇਹ ਆ ਵੀ ਲੋਕਾਂ ਦੇ ਮੋਹ ਪਿਆਰ ਦੀਆਂ ਜਿਹੜੀਆਂ ਪੀੜ੍ਹੀਆਂ ਤੰਦਾਂ ਆ ਉਹਨਾਂ ਨੂੰ ਅੱਡ ਅੱਡ ਕਰਨ ਦੇ ਵਿੱਚ ਭਾਜਪਾ ਜਿਹੜੀ ਆ ਉਹ ਸਫਲ ਨਹੀਂ ਹੋ ਸਕੀ। ਅਤੇ ਦੂਜੇ ਪਾਸੇ ਅੰਦੋਲਨ ਨੂੰ ਇਸ ਹਿਸਾਬ ਨਾਲ ਕਵਰ ਕੀਤਾ ਜਾ ਰਿਹਾ ਜੀ, ਉਸੇ ਪਾਰਟੀ ਵੱਲੋਂ, ਉਸੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜਿਹਨੇ ਚੀਨ ਨੂੰ ਖੁੱਲ੍ਹੀ ਛੁੱਟੀ ਦਿੱਤੀ ਵੀ ਆ ਜਾਓ ਇੱਧਰ ਪਿੰਡ ਵਸਾ ਲਓ ਜੀ, ਅਤੇ ਉੱਥੇ ਉਹ ਕਿੱਲਾਂ ਲਾ ਰਹੇ ਸੜਕ ਪੱਟ ਕੇ, ਹਾਂਜੀ, ਉਹਦੇ ਵਿੱਚ ਸਿੱਧੀਆਂ ਕਿੱਲਾਂ ਲਾ ਰਹੇ ਵੀ ਜੇ ਕੋਈ ਇੱਧਰ ਨੂੰ ਟਰੈਕਟਰ ਲੰਘੇ ਵੀ ਤਾਂ ਉਹ ਅੱਗੇ ਨਾ ਲੰਘ ਸਕੇ ਜਾਂ ਕੋਈ ਵੀ ਗੱਡੀ ਨਾ ਲੰਘ ਸਕੇ। ਬਿਲਕੁਲ, ਇਹ ਤਾਂ ਦੇਖੋ ਪਹਿਲੇ ਦਿਨ ਤੋਂ ਹੀ ਵੀ ਕਿੱਦਾਂ ਰੋਕਾਂ ਜਿਹੜੀਆਂ ਖੜੀਆਂ ਕੀਤੀਆਂ, ਕਿੱਦਾਂ ਅਥਰੂ ਗੈਸ 'ਤੇ ਗੋਲੇ ਦਾਗੇ, ਕਿੱਦਾਂ ਲਾਠੀ ਚਾਰਜ ਕੀਤਾ, ਕਿੰਨਾ ਸਰਕਾਰ ਨੇ ਜ਼ੋਰ ਲਾਇਆ ਅੰਦੋਲਨ ਨੂੰ ਫੇਲ ਕਰਨ ਲਈ, ਔਰ ਲੋਕਾਂ ਦੀ ਜਿਹੜਾ ਦਿੱਲੀ ਵੱਲੋਂ ਮੁਹਾਰਾਂ ਸੀਗੀਆਂ ਉਹਨਾਂ ਨੂੰ ਮੋੜਨ ਲਈ ਜਾਂ ਢੱਕਣ ਲਈ। ਜਸਟਿਸ ਮਾਰਕੰਡੇ ਕਾਟਜੂ ਜੀ, ਆਪਾਂ ਸਾਰੇ ਜਾਣਦੇ ਉਹਨਾਂ ਨੂੰ, ਹਾਂਜੀ, ਬੇਬਾਕ ਜਿਹੇ ਕਿਸਮ ਦੇ ਹਾਂਜੀ ਇਨਸਾਨ ਨੇ, ਅਤੇ ਕਿਉਂਕਿ ਅਕਸਰ ਉਹ ਹਿੰਦੂ ਮਿਥਿਹਾਸ ਦੇ ਆ ਤਵਾ ਲਾਉਣ ਲਈ ਮਸ਼ਹੂਰ ਨੇ। ਅੱਜ ਕੱਲ੍ਹ ਕਹਿੰਦੇ ਉੱਥੇ ਰਹਿ ਵੀ ਅਮਰੀਕਾ ਦੇ ਫ੍ਰੀਮੌਂਟ ਸਿਟੀ ਦੇ ਵਿੱਚ ਰਹੇ ਆ। ਪਿੱਛੇ ਜਿਹਾ ਤਾਂ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਮੈਂ ਹਿੰਦੂ ਹਾਂ, ਮੈਂ ਗਊ ਮਾਸ ਖਾਂਦਾ, ਮੇਰਾ ਜੋ ਕਰਨਾ ਕਰੋ। ਉਹਨਾਂ ਨੇ ਕਿਹਾ, ਕਹਿੰਦੇ ਚਲੋ ਲਾਲ ਕਿਲੇ 'ਤੇ ਝੰਡਾ ਲਾਉਣਾ ਗਲਤ ਸੀ ਜਾਂ ਠੀਕ ਸੀ ਉਹ ਬਾਅਦ 'ਚ ਗੱਲ ਕਰਾਂਗੇ, ਪਹਿਲਾਂ ਇਹ ਦੱਸੋ ਵੀ ਪ੍ਰਧਾਨ ਮੰਤਰੀ ਜਿਹੜੇ ਆ, ਪ੍ਰਧਾਨ ਮੰਤਰੀ ਨੇ ਜਿਹੜਾ ਭੂਮੀ ਪੂਜਨ ਕੀਤਾ ਸੀ ਪਾਰਲੀਮੈਂਟ ਹਾਊਸ ਦਾ, ਤੇ ਦੇਸ਼ ਦਾ ਰਾਸ਼ਟਰਪਤੀ ਰਾਮ ਮੰਦਰ ਲਈ 5 ਲੱਖ ਰੁਪਈਆ ਕਿਹੜੇ ਖਾਤੇ 'ਚੋਂ ਦੇ ਰਿਹਾ ਅਤੇ ਕਿੱਦਾਂ ਹੋ ਗਿਆ ਜੀ। ਇਹ ਗੱਲ ਬਿਲਕੁਲ ਉਹਨਾਂ ਦੀ ਦਰੁਸਤ ਆ ਵੀ ਤੁਸੀਂ ਦੇਖੋ ਉੱਥੇ ਤਾਂ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਝੁੱਲਿਆ ਅਤੇ ਉਹ ਕਹਿੰਦੇ ਜੀ ਤਿਰੰਗੇ ਦਾ ਅਪਮਾਨ ਹੋਇਆ, ਭੂਮੀ ਪੂਜਨ ਹੁੰਦਾ ਨਵੀਂ ਪਾਰਲੀਮੈਂਟ ਬਿਲਡਿੰਗ ਲਈ ਉਹ ਹਿੰਦੂ ਰਾਹ ਰੀਤਾਂ ਅਨੁਸਾਰ ਹੁੰਦਾ। ਬਿਲਕੁਲ, ਕੀ ਦੇਸ਼ ਦੇ ਜਿਹੜੀ ਪਾਰਲੀਮੈਂਟ ਆ ਉਹ ਹਿੰਦੂ ਰਾਹ ਰੀਤਾਂ ਅਨੁਸਾਰ ਚੱਲਦੀ ਆ, ਉੱਥੇ ਤਾਂ ਵੱਖ ਵੱਖ ਧਰਮਾਂ ਦੇ ਲੋਕ ਆਉਂਦੇ ਨੇ। ਬਿਲਕੁਲ, ਸੋ ਫਿਰ ਬਾਕੀ ਧਰਮਾਂ ਨੂੰ ਕਿਉਂ ਨਹੀਂ ਫੋਲੋ ਕੀਤਾ ਜਾਂਦਾ? ਸੋ ਇਹ ਗੱਲਾਂ ਜਦੋਂ ਕਾਟਜੂ ਵਰਗਾ ਬੰਦਾ ਕਹਿੰਦਾ ਤਾਂ ਫਿਰ ਉਹਦਾ ਕੋਈ ਅਰਥ ਹੈਗਾ, ਫਿਰ ਸਰਕਾਰ ਦੀ ਖਿੱਲੀ ਕੌਮਾਂਤਰੀ ਪੱਧਰ 'ਤੇ ਉੱਡਦੀ ਆ। ਬਿਲਕੁਲ ਉੱਡਦੀ ਆ, ਅਤੇ ਆਪਣੇ ਦੀਪ ਸਿੱਧੂ ਕੱਲ੍ਹ ਇੱਕ ਨਵੀਂ ਵੀਡੀਓ ਉਹਨੇ ਪਾਈ ਆ ਅਤੇ ਉਹ ਪੰਜਾਬੀਆਂ ਨੂੰ ਲਾਹਣਤਾਂ ਹੀ ਪਾਈ ਜਾਂਦਾ ਸੀ। ਦੇਖੋ ਕੋਈ ਮੈਂ ਜ਼ਿਆਦਾ ਸ਼ਬਦ ਤਾਂ ਨਹੀਂ ਵਰਤਣਾ ਚਾਹੁੰਦਾ ਪਰ ਮੈਂ ਇੰਨਾ ਜ਼ਰੂਰ ਕਹੂੰਗਾ ਵੀ ਉਹ ਵਾਹਿਆਤ ਕਿਸਮ ਦਾ ਮਨੁੱਖ ਸਿੱਧ ਹੋਇਆ ਹੈਗਾ। ਹੁਣ ਤਾਂ ਕੋਈ ਲੁਕੀ ਛਿਪੀ ਗੱਲ ਨਹੀਂ ਰਹੀ, ਸਭ ਕੁਛ ਨੰਗਾ ਚਿੱਟਾ ਹੋ ਗਿਆ ਵੀ ਜਿਹੋ ਜਿਹੇ ਉਹਦੇ ਪਿਓ ਦੇ ਕਾਰੇ ਸੀ ਸੁਰਜੀਤ ਸਿੰਘ ਸਿੱਧੂ ਦੇ, ਵੀ ਦਲ ਪੁਣਾ ਉਹਨੂੰ ਸ਼ਬਦ ਲੋਕ ਵਰਤ ਰਹੇ ਨੇ ਵੀ ਨੌਜਵਾਨਾਂ ਨੂੰ ਮਰਵਾਉਣ ਲਈ ਪੁਲਿਸ ਨਾਲ ਗੰਢ ਧੁੱਪ ਕਰਦਾ ਰਿਹਾ ਇਹਦਾ ਪਿਓ, ਉਹੋ ਹੀ ਕੰਮ ਅੱਜ ਉਹਦੇ ਪੁੱਤ ਨੇ ਕੀਤਾ ਹੈਗਾ। ਕੱਲ੍ਹ ਇਹੋ ਜਿਹੀ ਵੀਡੀਓ ਆਈ ਵੀ ਦੇਖੋ ਮੇਰਾ ਹਾਲ ਕੀ ਆ, ਪਿੱਛੇ ਧਮਕੀਆਂ ਦਿੰਦਾ ਸੀਗਾ ਕਿਸਾਨ ਆਗੂਆਂ ਨੂੰ ਵੀ ਮੈਂ ਜੇ ਮਤਲਬ ਮੂੰਹ ਖੋਲ੍ਹ ਲਿਆ ਤਾਂ ਤੁਹਾਨੂੰ ਭੱਜਦਿਆਂ ਰਾਹ ਨਹੀਂ ਲੱਭਣਾ, ਭੱਜਦਿਆਂ ਤਾਂ ਤੈਨੂੰ ਰਾਹ ਨਹੀਂ ਲੱਭਿਆ, ਉੱਥੇ ਤੂੰ ਖੜਦਾ। ਤੁਸੀਂ ਵੀਡੀਓ ਦੇਖੀ ਹੋਣੀ ਵੀ ਕਿੱਦਾਂ ਲੋਕ ਗਾਲਾਂ ਕੱਢ ਰਹੇ ਵੀ ਖੜ ਤੇਰੀ, ਮਤਲਬ ਕਿੱਦਾਂ ਦੌੜ ਗਏ ਮੋਟਰਸਾਈਕਲ 'ਤੇ, ਅਤੇ ਉਹ ਤੋਂ ਮਗਰੋਂ ਅੱਜ ਤੱਕ ਤੂੰ ਜੇ ਤੂੰ ਐਡਾ ਹੀ ਦਲੇਰ ਆ ਤੂੰ ਪੇਸ਼ ਹੋ ਫਿਰ, ਬਿਲਕੁਲ, ਅਤੇ ਕਾਨੂੰਨ ਦਾ ਸਾਹਮਣਾ ਕਰ, ਤੂੰ ਕਲੰਕ ਲਾ ਕੇ ਮਤਲਬ ਲਹਿਰ ਨੂੰ ਤਾਰ ਪੀਡੋ ਕਰਨ ਦੇ ਯਤਨ ਜਿਹੜੇ ਆ ਤੇਰੇ ਹੁਣ ਲੁਕੇ ਛਪੇ ਨਹੀਂ ਰਹੇ, ਔਰ ਕਿੱਦਾਂ ਤੂੰ ਢਾਹ ਲਾਈ ਆ ਇਸ ਕਿਸਾਨ ਅੰਦੋਲਨ ਨੂੰ, ਉਹ ਜਦ ਤੱਕ ਇਤਿਹਾਸ ਰਹਿਣਾ ਨਾ, ਜਦ ਤੱਕ ਉਹਨੇ ਜੀਣਾ ਦੀਪ ਸਿੱਧੂ ਨੇ, ਉਹਦੇ ਕਿਰਦਾਰ 'ਤੇ ਇਹ ਬਦਨਮਾ ਧੱਬਾ ਤਦ ਤੱਕ ਰਹਿਣਾ। ਬਿਲਕੁਲ, ਉਹਨੂੰ ਦੀਪ ਸਿੱਧੂ ਨਾ ਏਡਾ ਹੀ ਦਲੇਰ ਹੈ ਤਾਂ ਉਹ ਉਦੈ ਕਰਨ ਆਪਣੇ ਪਿੰਡ ਜਾਵੇ, ਬ੍ਰਹਿਮਣ ਦਿਵਾਨਾ ਜਾਵੇ ਜਿੱਥੇ ਤਾਏ ਦੀ ਧੀ ਨੇ ਉਹਨੂੰ ਪਾਲਿਆ, ਲੋਕਾਂ ਨੇ ਤਾਂ ਉਹਦੇ ਪੋਤਲੇ ਫਰੋਲ ਕੇ ਰੱਖ ਦਿੱਤੇ ਆ ਵੀ ਕੀ ਕੁਛ ਸੁਰਜੀਤ ਸਿੰਘ ਸਿੱਧੂ ਵਕਾਲਤ ਦੌਰਾਨ ਕਰਦਾ ਰਿਹਾ, ਕੀ ਇਹ ਕਰਦਾ ਰਿਹਾ ਹੈ ਨਾ। ਤਾਂ ਪਿੰਡ ਵਾਲੇ, ਦੋਹਾਂ ਪਿੰਡਾਂ ਵਾਲੇ ਜਿੱਥੇ ਇਹ ਤਾਏ ਦੀ ਧੀ ਕੋਲ ਰਹਿ ਕੇ ਪਲਿਆ ਅਤੇ ਆਪਣਾ ਪਿੰਡ ਜ਼ਿਲ੍ਹਾ ਮੁਕਤਸਰ ਦੇ ਵਿੱਚ ਉਹਦਾ ਕਰਨ, ਉਹ ਕਹਿੰਦੇ ਆ ਵੀ ਸਾਡੇ ਪਿੰਡ ਵੜੇ ਸਾਡਾ ਕੁਛ ਲੱਗਦਾ ਨਹੀਂ ਵੀ ਜੋ ਕੰਮ ਪਿਓ ਦੇ ਸੀ ਉਹੀ ਇਹਦੇ ਨੇ।
ਸੋ ਇਹ ਆਪਣੇ ਆਪ ਨੂੰ ਹੁਣ ਮਤਲਬ 26 ਤਰੀਕ ਤੋਂ ਬਾਅਦ ਕੱਲ ਦੁੱਧ ਧੋਤਾ ਸਾਬਤ ਕਰਨ ਦਾ ਯਤਨ ਕੀਤਾ, ਪਰ ਲੋਕ ਹੁਣ ਉਹਦੀਆਂ ਚਾਲਾਂ ਨੂੰ ਅਤੇ ਉਹਦੇ ਕਿਰਦਾਰ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਨੇ। ਦੇਖੋ ਸੱਤੀ ਸਾਹਿਬ, ਇਹਦੇ 'ਚ ਇੱਕ ਗੱਲ ਮੈਂ ਹੋਰ ਕਹਿੰਦਾ, ਇੱਕ ਪਾਸੇ ਇਹੀ ਦੀਪ ਸਿੱਧੂ ਲੋਕਾਂ ਨੂੰ ਵਾਸਤਾ ਪਾ ਰਹੇ ਹੋ, ਆਪਣਾ ਇਤਿਹਾਸ ਪੜ੍ਹੀਏ ਆਪਾਂ, ਅਸੀਂ ਬੜੀ ਬਹਾਦਰ ਕੌਮ ਹੈ, ਅਸੀਂ ਤਾਂ ਐਂ ਕਰਦੀ ਦਾ ਸਾਰਾ ਜੋ ਸਾਡਾ ਇਤਿਹਾਸ ਹੈਗਾ ਉਹ ਹੈਗਾ ਜੀ, ਬਹਾਦਰ ਕੌਮ ਹੋਣ ਦੇ ਵਿੱਚ ਕੋਈ ਸ਼ੱਕ ਨਹੀਂ, ਦੁਨੀਆ ਮੰਨਦੀ ਹੈ, ਬਿਲਕੁਲ ਠੀਕ ਹੈ। ਦੂਜੇ ਪਾਸੇ ਕੱਲ੍ਹ ਇਹ ਇੱਦਾਂ ਲਾਣ ਤਾਂ ਪਾਉਂਦਾ ਸੀ ਜਿੱਦਾਂ ਸਾਡੀ ਕੌਮ 'ਚ ਹੈ ਹੀ ਕੱਖ ਨਹੀਂ ਗਾ, ਅਸੀਂ ਸਾਰੇ ਬਹੁਤ ਹੀ ਡਰਪੋਕ ਔਰ ਬਹੁਤ ਹੀ ਘਟੀਆ ਕਿਸਮ ਦੇ ਲੋਕ ਹਾਂ, ਇਹੀ ਇੱਕ ਬਹਾਦਰ ਸੀਗਾ, ਉਹ ਬਹਾਦਰ ਬਾਹਰ ਨਿਕਲ ਗਿਆ ਅਤੇ ਕੌਮ ਖਤਮ ਹੋ। ਦੇਖੋ ਇੱਦਾਂ ਆ ਤੇਜਪਾਲ ਜੀ, ਭਈ ਸਾਡੀ ਕੌਮ ਨੂੰ ਦੀਪ ਸਿੱਧੂ ਵਰਗੇ ਗਦਾਰਾਂ ਤੋਂ ਪ੍ਰਮਾਣ ਪੱਤਰਾਂ ਦੀ ਲੋੜ ਨਹੀਂ, ਠੀਕ ਹੈ। ਜੋ ਉਹਨੇ ਆਪਣੇ ਆਪ ਨੂੰ ਸਿੱਧ ਕਰਨਾ ਸੀ ਉਹ ਕਰ ਦਿੱਤਾ, ਵੀ ਉਹ ਭਾਜਪਾ ਦੇ ਇੱਕ ਪਪਿਟ ਤੋਂ ਵੱਧ ਹੋਰ ਕੁਛ ਨਹੀਂ, ਭਾਜਪਾ ਦੀ ਕਠਪੁਤਲੀ ਹੈ। ਔਰ ਉਹ ਕਿੱਦਾਂ ਮਤਲਬ ਉਹਨੇ ਲਹਿਰ ਨੂੰ ਤਾਰਪੀਡੋ ਕੀਤਾ, ਕਿਵੇਂ 0.5% ਲੋਕ ਜਿਹੜੇ ਆ ਉਹ ਲਾਲ ਕਿਲੇ ਜਾਂਦੇ ਨੇ, ਬਿਲਕੁਲ 98% ਲੋਕ ਜਿਹੜੇ ਆ ਉਹ ਸਫਲ ਟਰੈਕਟਰ ਰੈਲੀ ਕਰਕੇ ਆਪਣੇ ਕੈਂਪਾਂ 'ਚ ਪਰਤਦੇ ਆ, ਬਿਲਕੁਲ। ਔਰ ਜਿਹੜਾ ਗੋਦੀ ਮੀਡੀਆ ਆ ਉਹਨੂੰ 0.5% ਵੀ ਨਹੀਂ ਦਿਖਾਉਂਦਾ, ਸਿਰਫ ITO ਮਕਰਬਾ ਚੌਂਕ ਅਤੇ ਲਾਲ ਕਿਲੇ ਵਾਲੀਆਂ ਘਟਨਾਵਾਂ ਨੂੰ ਸਿਰਫ ਮੀਡੀਆ ਦਿਖਾ ਰਿਹਾ, ਬਿਲਕੁਲ ਠੀਕ ਹੈ। ਸੋ ਦੀਪ ਸਿੱਧੂ ਨੇ ਆਪਣੇ ਆਪ ਨੂੰ ਗਦਾਰ ਸਿੱਧ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਸੋ ਇਸ ਕਰਕੇ ਇਹੋ ਜਿਹੇ ਬੰਦਿਆਂ ਦਾ ਤਾਂ ਮੈਂ ਸਮਝਦਾ ਵੀ ਜ਼ਿਕਰ ਕਰਕੇ ਵੀ ਆਪਣਾ ਸਮਾਂ ਖਰਾਬ ਕਰਨ ਦੇ ਤੋਂ ਲੈਗਾ। ਇੱਕ ਨਾ ਹੁਣ ਜਾਂਦੇ ਜਾਂਦੇ ਆਪਾਂ ਇੱਕ ਗੱਲ ਹੋਰ ਕਰ ਲਈਏ ਜੀ, ਅਸੀਂ ਭਾਵੁਕ ਲੋਕ ਹਾਂ, ਪੰਜਾਬੀ ਕੌਮ ਜਿਹੜੀ ਹੈ ਇਹ ਭਾਵੁਕ ਹੈ, ਭਾਵੁਕਤਾ ਦੇ ਵੱਸ ਆ ਕੇ ਅਸੀਂ ਆਪਣਾ ਨੁਕਸਾਨ ਵੀ ਕਰਾਉਂਦੇ ਹਾਂ ਜੀ। 7 ਜੂਨ 1984 ਨੂੰ, 6 ਜੂਨ ਨੂੰ ਸੰਤ ਪਿੰਡਰਾਂਵਾਲਿਆਂ ਦੀ ਡੈਥ ਹੁੰਦੀ ਆ ਜੀ, ਹੁੰਦੇ ਆ, ਅਤੇ 7 ਜੂਨ 1984 ਨੂੰ ਪੰਜਾਬ ਦੇ ਇੱਕ ਬਹੁਤ ਵੱਡਾ ਉਦੋਂ ਲੀਡਰ ਆਪਣੇ ਆਪ ਨੂੰ ਕਹਾਉਂਦਾ ਸੀ, ਉਹ ਕਹਿੰਦਾ ਸੀ ਖੂਨ ਦਾ ਬਦਲਾ ਖੂਨ ਜੀ, ਔਰ ਦੂਜੀ ਉਹਨੇ ਗੱਲ ਕਹੀ ਸੀ ਵੀ ਜਿਹੜੇ ਫੌਜੀ ਆ ਉਹ ਬੈਰਕਾਂ ਛੱਡ ਦਿਓ ਜੀ, ਠੀਕ ਹੈ ਜੀ। ਉਸ ਲੀਡਰ ਨੇ ਅਤੇ ਉਹਦੇ ਪਰਿਵਾਰ ਨੇ ਪੰਜਾਬ ਨੂੰ ਜਿੰਨਾ ਲੁੱਟਿਆ, ਮੇਰੇ ਹਿਸਾਬ ਨਾਲ ਉਹ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਕਿਸੇ ਨੇ ਨੁਕਸਾਨ ਜੇ ਕਿਸੇ ਨੂੰ ਪਹੁੰਚਾਇਆ ਤਾਂ ਉਹਨੇ ਪਹੁੰਚਾਇਆ ਜੀ। ਕੀ ਅਸੀਂ ਪੰਜਾਬੀਆਂ ਨੂੰ ਹਮੇਸ਼ਾ ਇਹੋ ਜਿਹੇ ਲੀਡਰ ਮਿਲਦੇ ਆ ਜਿਹੜੇ ਪਹਿਲਾਂ ਭਾਵੁਕ ਕਰਦੇ ਆ, ਉਹਨਾਂ ਨੂੰ ਇੱਕ ਸੁਪਨਾ ਦਿਖਾਉਂਦੇ ਆ, ਉਹਨਾਂ ਨੂੰ ਇੱਕ ਅਲੱਗ ਦਿਸ਼ਾ ਵੱਲ ਧਕੇਲਦੇ ਆ, ਔਰ ਮੁੜ ਕੇ ਆਪਣੇ ਮੰਤਵ ਸਿੱਧ ਕਰਕੇ ਅਤੇ ਘਰ ਜਾ ਬੈਠਣਾ? ਬਿਲਕੁਲ, ਇਹ 'ਚ ਤਾਂ ਕੋਈ ਦੋ ਰਾਵਾਂ ਨਹੀਂ ਤੇਜਪਾਲ ਜੀ, ਭਈ ਜਿਹੜੇ ਪਰਿਵਾਰ ਦੀ ਟੱਬਰ ਦੀ ਜਿਹਨਾਂ ਕੋਲ ਰਾਜ ਭਾਗ ਰਿਹਾ, ਜਿਹਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਮੈਂ ਤੁਹਾਡੀ ਮੁਰਾਦ ਸਮਝ ਚੁੱਕਾ ਜੀ, ਭਈ ਇਹ ਲੋਕ ਚਾਹੇ ਨਕਸਲਵਾੜੀ ਲਹਿਰ ਦੇ ਲੋਕ ਹੋਣ, ਸਾਰਾ ਬੁੱਧੀਜੀਵੀ ਵਰਗ ਸੀ ਜਿਹੜਾ ਇਹਨਾਂ ਨੇ ਮਾਰਿਆ, ਔਰ ਚਾਹੇ 78 ਦੀਆਂ ਘਟਨਾਵਾਂ ਹੋਣ, ਨਿਰੰਕਾਰੀ ਕਾਂਡ ਹੋਵੇ, ਬਿਲਕੁਲ ਠੀਕ ਹੈ, ਚਾਹੇ 84 ਦਾ ਓਪਰੇਸ਼ਨ ਬਲੂ ਸਟਾਰ ਹੋਵੇ, ਉਸ ਤੋਂ ਬਾਅਦ ਓਪਰੇਸ਼ਨ ਬਲੈਕ ਥੰਡਰ ਹੋਵੇ, ਬਿਲਕੁਲ, ਇਹ ਉਹ ਲੋਕ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਮਰਜੀਵੜੇ ਦੱਸ ਕੇ ਸੌਹਾਂ ਚੁਕਾਈਆਂ, ਔਰ ਬਾਅਦ ਦੇ ਵਿੱਚ ਉਹਨਾਂ ਮਰਜੀਵੜਿਆਂ ਦੀਆਂ ਲਾਸ਼ਾਂ ਤੋਂ ਇਹ ਲੋਕ ਬਾਹਾਂ ਖੜੀਆਂ ਕਰਕੇ ਬਾਹਰ ਆਏ, ਸਰਕਾਰਾਂ ਨਾਲ ਗੰਢ ਧੁੱਪ ਕੀਤੀ, ਫਿਰ ਰਾਜ ਭਾਗ ਮਾਣੇ। ਸੋ ਇਹ ਸਾਡੀ ਪੰਜਾਬੀਆਂ ਦੀ ਬਦਕਿਸਮਤੀ ਆ, ਸਿੱਖਾਂ ਦੀ ਖਾਸ ਕਰਕੇ ਬਦਕਿਸਮਤੀ ਆ ਵੀ ਸਾਡੇ ਪੱਲੇ ਇਹੋ ਜਿਹੇ ਲੀਡਰ ਪਏ। ਪਿੱਛੇ ਜਿਹੇ ਜਲੰਧਰ ਦੇ ਇੱਕ ਵੱਡਾ ਹਸਪਤਾਲ ਚਲਾਉਂਦੇ ਜਿਹੜੇ ਆ ਬਾਬਾ ਜੀ ਹੁਣੀ, ਉਹਨਾਂ ਨੇ ਇਸ ਪਰਿਵਾਰ ਬਾਰੇ ਕਹਿ ਦਿੱਤਾ ਕਿਤੇ ਇੰਟਰਵਿਊ ਵਿੱਚ ਵੀ ਮੈਂ ਇਹਨਾਂ ਦੇ ਬਜ਼ੁਰਗਾਂ ਨੂੰ ਜਾਣਦਾ, ਬੱਕਰੀਆਂ ਚਾਰਦੇ ਹੁੰਦੇ ਸੀ ਜੀ। ਉਸ ਗੱਲ ਦਾ ਇਸ ਪਰਿਵਾਰ ਨੇ ਬਹੁਤ ਬੁਰਾ ਮਨਾਇਆ ਵੀ 65 ਏਕੜ ਤੋਂ ਹੁਣ 65,000 ਏਕੜ ਜ਼ਮੀਨ ਹੋਣੀ ਆ, ਅਤੇ ਇਸ ਪਰਿਵਾਰ ਨੇ ਜਿੰਨਾ ਪੰਜਾਬ ਦਾ ਨੁਕਸਾਨ ਕੀਤਾ। ਅਤੇ ਮੈਨੂੰ ਹੈਰਾਨੀ ਹੁੰਦੀ ਆ ਵੀ ਜਦੋਂ ਲੋਕ ਫਿਰ ਉਹਨਾਂ ਦੇ ਮਗਰ ਲੱਗ ਕੇ ਤੁਰਦੇ ਨੇ, ਉਹਨਾਂ ਨੂੰ ਵੋਟਾਂ ਪਾਉਂਦੇ ਆ, ਫਿਰ ਉਹਨਾਂ ਨੂੰ ਰਾਜ ਭਾਗ ਸੌਂਪ ਦਿੰਦੇ ਆ ਜੀ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸੱਤੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।